ਇੱਕ ਤੇਜ਼ ਰਫ਼ਤਾਰ ਕਾਰ ਨੇ ਅੱਗੇ ਜਾ ਰਹੇ ਬੁਲਟ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਹੈ, ਜਿਸ ਦੇ ਕਾਰਨ ਬੁਲਟ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਇੱਕ ਤੇਜ਼ ਰਫ਼ਤਾਰ ਕਾਰ ਨੇ ਬੁਲਟ ਸਵਾਰ ਦੀ ਜਾਨ ਲੈ ਲਈ ਹੈ। ਹਾਲਾਂਕਿ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਕਾਰ ਪੁਲ ਤੋਂ ਹੇਠਾਂ ਉਤਰ ਰਹੀ ਸੀ ਤਾਂ ਅਚਾਨਕ ਹੀ ਬੇਕਾਬੂ ਹੋ ਜਾਂਦੀ ਹੈ। ਬੇਕਾਬੂ ਹੋਣ ਤੋਂ ਬਾਅਦ ਪਹਿਲਾਂ ਤਾਂ ਇਹ ਅੱਗੇ ਜਾ ਰਹੇ ਬੁਲਟ ਮੋਟਰਸਾਈਕਲ ਨੂੰ ਟੱਕਰ ਮਾਰਦੀ ਹੈ, ਜਿਸ ਤੋਂ ਬਾਅਦ ਇਸ ਦੀ ਟੱਕਰ ਇੱਕ ਦਰਖਤ ਦੇ ਨਾਲ ਹੋ ਜਾਂਦੀ ਹੈ। ਹਾਲਾਂਕਿ ਕਾਰ ਦੀ ਸਪੀਡ ਓਵਰ ਸੀ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਸਿੱਧਾ ਹੀ ਜਾ ਕੇ ਦਰਖਤ ਨੂੰ ਟੱਕਰ ਮਾਰਨ ਤੋਂ ਬਾਅਦ ਨਾਲੇ ਦੇ ਵਿੱਚ ਪਲਟ ਜਾਂਦੀ ਹੈ। ਹਾਲਾਂਕਿ ਇਸ ਘਟਨਾ ਦੇ ਵਿੱਚ ਕਾਰ ਚਾਲਕ ਵਾਲ-ਵਾਲ ਬਚ ਗਿਆ, ਪਰ ਜੋ ਬੁਲਟ ਮੋਟਰਸਾਈਕਲ ਸਵਾਰ ਸੀ ਉਸਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਤਾਂ ਹਾਦਸੇ ਦੀਆਂ ਇਹ ਖੌਫਨਾਕ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਕਾਰ ਅਚਾਨਕ ਹੀ ਪੁਲ ਤੋਂ ਉਤਰਨ ਤੋਂ ਬਾਅਦ ਬੇਕਾਬੂ ਹੋ ਜਾਂਦੀ ਹੈ, ਪਹਿਲਾਂ ਤਾਂ ਇੱਕ ਦਰਖਤ ਦੇ ਨਾਲ ਟਕਰਾਉਂਦੀ ਹੈ ਅਤੇ ਫਿਰ ਸਿੱਧੀ ਹੀ ਜਾ ਕੇ ਨਾਲੇ ਦੇ ਵਿੱਚ ਪਲਟ ਜਾਂਦੀ ਹੈ। ਤਾਂ ਫਿਲੌਰ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਹਾਲਾਂਕਿ ਮੌਕੇ ਦੇ ਉੱਤੇ ਮੌਜੂਦ ਲੋਕਾਂ ਨੇ ਕਾਰ ਚਾਲਕ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕੀਤਾ ਗਿਆ। ਉੱਥੇ ਹੀ ਕਾਰ ਚਾਲਕ ਦਾ ਕਹਿਣਾ ਕਿ ਉਸਨੂੰ ਖੁਦ ਵੀ ਇਹ ਸਮਝ ਨਹੀਂ ਆਈ ਕਿ ਆਖਿਰਕਾਰ ਬੇਕਾਬੂ ਕਿਵੇਂ ਹੋਈ ਹੈ। ਪਰ ਦੱਸ ਦਈਏ ਕਿ ਇੱਕ ਨੌਜਵਾਨ ਦੀ ਦਰਦਨਾਕ ਇਸ ਹਾਦਸੇ 'ਚ ਮੌਤ ਹੋ ਗਈ ਹੈ। ਜੀ ਮੁੰਡਾ ਵੈਭਵ ਕਸ਼ਯਪ, ਪੁੱਤਰ ਰੋਹਿਤ ਕਸ਼ਯਪ, ਵਾਸੀ ਬਸੰਤ ਨਗਰ ਲੁਧਿਆਣਾ। ਹਾਂਜੀ, ਮੁੰਡਾ LLB ਦੀ ਪੜ੍ਹਾਈ ਲਵਲੀ ਯੂਨੀਵਰਸਿਟੀ ਮੈਂ ਸ਼ੁਰੂ ਕਰ ਰਿਹਾ ਸੀ। ਠੀਕ ਹੈ ਜੀ। ਅੱਜ ਆਪਣੀ ਪੜ੍ਹਾਈ ਤੋਂ ਫ੍ਰੀ ਹੋ ਕੇ ਵਾਪਸ ਆਪਣੇ ਘਰ ਲੁਧਿਆਣਾ ਜਾ ਰਿਹਾ ਸੀ। ਠੀਕ ਹੈ। ਬਿਰਜੂ ਹਲਵਾਈ ਦੀ ਦੁਕਾਨ ਸਾਹਮਣੇ ਗੁਰਾਇਆ ਪੁੱਜਿਆ। ਹਾਂਜੀ। ਪਿੱਛੋਂ ਇੱਕ ਸਵਿਫਟ ਕਾਰ ਜਿਹਨੂੰ ਕੋਮਲ ਸਰ ਨਾਲ ਪਰਮਜੀਤ ਵਾਸੀ ਪਟਿਆਲਾ ਚਲਾ ਰਿਹਾ ਸੀ। ਹਾਂਜੀ। ਇਸਨੇ ਬਹੁਤ ਤੇਜ਼ ਲਿਆ ਕੇ ਬੁਲਟ ਮੋਟਰਸਾਈਕਲ ਦੇ ਪਿੱਛੇ ਬਹੁਤ ਤੇਜ਼ ਰਫ਼ਤਾਰ ਨਾਲ ਮਾਰੀ, ਜਿਸ ਕਾਰਨ ਉਸਦੇ ਸਿਰ ਵਿੱਚ ਕਾਫ਼ੀ ਦੂਜੀਆਂ ਸੱਟਾਂ ਲੱਗੀਆਂ। ਹਾਂਜੀ। ਉਹਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਂਜੀ। ਪੁਲਿਸ ਥਾਣਾ ਗੁਰਾਇਆ ਤੋਂ ਮੌਕੇ 'ਤੇ ਪਹੁੰਚ ਗਈ ਹੈ। ਹਾਂਜੀ। ਜਿਨ੍ਹਾਂ ਨੇ ਡੈੱਡ ਬੋਡੀ ਸਿਵਲ ਹਸਪਤਾਲ ਫਲੋਰ ਲਿਖਵਾ ਦਿੱਤੀ ਹੈ। ਕੀ ਲੱਗਦਾ ਦੋ ਜਣੇ ਸੀ ਇੱਕ ਹੀ ਸਿੰਗਲ ਸੀ? ਇਕੱਲਾ ਹੀ ਮੁੰਡਾ ਸੀਗਾ ਜੀ, ਆਪਣੀ ਸਟੱਡੀ ਕਰਕੇ ਆ ਰਿਹਾ। ਓਕੇ। ਇਹਨਾਂ ਦੇ ਦਾਦਾ ਲੱਗਦੇ ਨੇ, ਉਹ ਪਿੱਛੇ ਜਲੰਧਰ ਤੋਂ ਫਾਰਗ ਹੋ ਕੇ ਆ ਰਹੇ ਸੀ, ਜਿਨ੍ਹਾਂ ਨੇ ਸਾਰਾ ਵਾਕਿਆ ਆਪਣੀ ਅੱਖੀਂ ਵੇਖਿਆ। ਹਾਂਜੀ। ਕੀ ਗੱਡੀ ਚਾਲਕ ਜਿਹੜਾ ਆ? ਗੱਡੀ ਚਾਲਕ ਅਜੇ ਮੌਕੇ 'ਤੇ ਮਿਲਿਆ ਨਹੀਂ, ਪੁਲਿਸ ਪੜਤਾਲ ਕਰ ਰਹੀ ਆ। ਉਹਦੀ ਕਾਰ ਵੀ ਬਹੁਤ ਤੇਜ਼ ਰਫ਼ਤਾਰ ਹੋਣ ਕਾਰਨ ਸਾਈਡ 'ਤੇ ਪਲਟ ਕੇ ਅਤੇ ਉੱਥੇ ਗੱਡੀ ਸਾਈਡ 'ਤੇ ਪਲਟ ਗਈ। ਕੀ ਪ੍ਰਸ਼ਾਸਨ ਮੌਕੇ 'ਤੇ ਆ ਗਿਆ ਸੀ? ਪ੍ਰਸ਼ਾਸਨ ਮੌਕੇ 'ਤੇ ਆ ਗਿਆ ਜੀ, ਇੰਸਪੈਕਟਰ ਗੁਰਦੀਪ ਸਿੰਘ ਮੌਕੇ 'ਤੇ। ਬੋਡੀ ਜਿਹੜੀ ਹੈ ਜੀ? ਬੋਡੀ ਸਿਵਲ ਹਸਪਤਾਲ ਫਲੋਰ ਦਿਖਾ ਦਿੱਤੀ ਹੈ ਜੀ। ਐਸ ਆਈ ਜਗਦੀਪ ਸਿੰਘ। ਠੀਕ ਹੈ ਜੀ। ਮੈਂ ਥਾਣਾ ਗ੍ਰਾਂ 'ਚ ਤਫਤੀਸ਼ ਲੱਗਾਂਗਾ। ਠੀਕ ਹੈ ਜੀ। ਅਤੇ ਅੱਜ ਮੈਨੂੰ ਸੂਚਨਾ ਮਿਲੀ ਆ ਕੋਈ 4:15 ਵਜੇ। ਠੀਕ ਹੈ ਜੀ। ਕਿ ਇੱਕ ਐਕਸੀਡੈਂਟ ਹੋਇਆ ਆ, ਮੋਟਰਸਾਈਕਲ ਆ ਐਨਫੀਲਡ ਅਤੇ ਇੱਕ ਕਾਰ ਆ ਸਵਿਫਟ। ਠੀਕ ਹੈ। ਉਹਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਆ। ਠੀਕ ਹੈ ਜੀ। ਬੈਰਜੂ ਬਰਫੀ ਵਾਲੇ ਦੇ ਕੋਲ। ਠੀਕ ਹੈ ਜੀ। ਅਤੇ ਕਾਰ ਪਲਟੀ ਹੋਈ ਸੀ, ਜਿਹਨੇ ਮੈਂ ਮੌਕੇ 'ਤੇ ਪੁੱਜਾ ਅਤੇ ਕਾਰ ਪਲਟੀ ਹੋਈ ਸੀ। ਹਾਂਜੀ। ਅਤੇ ਜੋ ਡਰਾਈਵਰ ਸੀ ਉਹ ਲੋਕਾਂ ਨੇ ਉਹਨੂੰ ਕਾਬੂ ਕੀਤਾ ਸੀ। ਠੀਕ ਹੈ ਜੀ। ਅਤੇ ਜੋ ਮੋਟਰਸਾਈਕਲ ਚਾਲਕ ਸੀ ਉਹਦੀ ਮੌਕੇ 'ਤੇ ਮੌਤ ਹੋ ਚੁੱਕੀ ਸੀ। ਅਤੇ ਸਿਰ ਉਹਦਾ ਪਿੱਛੋਂ ਫਟਿਆ ਹੋਇਆ ਸੀ, ਸਿਰ 'ਤੇ ਪੈਟ ਚੈੱਕ ਕੀਤੀ ਤਾਂ ਉਹਦਾ ਫਟਿਆ ਹੋਇਆ ਸੀ। ਠੀਕ ਹੈ। ਹਾਂਜੀ। ਇਹ ਨੌਜਵਾਨ ਕਿੱਥੇ ਦਾ ਰਹਿਣ ਵਾਲਾ? ਇਹ ਸਰ ਨੌਜਵਾਨ ਲੁਧਿਆਣੇ ਦਾ ਰਹਿਣ ਵਾਲਾ ਹੈ, ਜਿਹਦੀ ਡੈਥ ਹੋਈ ਹੈ ਜੀ। ਹਾਂਜੀ ਹਾਂਜੀ। ਲਵਲੀ 'ਚ ਸੀ? ਇਹ ਲਵਲੀ ਪ੍ਰੋਫੈਸ਼ਨਲ 'ਚ ਪੜ੍ਹਦਾ ਸੀ, ਲਾ ਕਰ ਰਿਹਾ ਸੀ। ਠੀਕ ਹੈ ਜੀ। ਹਾਂਜੀ ਹਾਂਜੀ। ਜੋ ਘਰਦਿਆਂ ਨੇ ਦੱਸਿਆ ਜਾ। ਜਿਹੜਾ ਗੱਡੀ ਚਾਲਕ ਕੇ ਫੜ ਲਿਆ? ਇਹ ਗੱਡੀ ਚਾਲਕ ਫੜਿਆ ਜੀ। ਠੀਕ ਹੈ ਜੀ। ਫੜ ਲਿਆ। ਕੀ ਕਾਰਵਾਈ ਸਰ?
ਇੱਥੇ ਦੇਖੋ ਜੀ 304 ਦਾ ਪਰਚਾ ਦੇਵਾਂਗੇ ਇੱਥੇ, ਠੀਕ ਹੈ ਜੀ। ਹਾਂਜੀ, ਬਾਕੀ ਜੋ ਸੀਨੀਅਰ ਅਫਸਰਾਂ ਨਾਲ ਗੱਲਬਾਤ ਕਰਾਂਗੇ, ਡਿਸਕਸ ਕਰਾਂਗੇ, ਜੋ ਅਫਸਰਾਂ ਨੂੰ ਕਹਿਣ ਕਹੋਗੇ ਆਪਾਂ ਉਸ ਤਰ੍ਹਾਂ ਦੀ ਕਾਰਵਾਈ ਕਰਾਂਗੇ। ਜਿਹੜੀ ਬੋਡੀ ਜੋ ਬਣਦੀ ਹੈ, ਬੋਡੀ ਜੋ ਬੋਡੀ ਹੈ ਸਰ, ਉਹ ਫਲੋਰ ਹਸਪਤਾਲ ਸਿਵਲ ਹਸਪਤਾਲ ਜਮ੍ਹਾਂ ਕਰਾਤੀ ਹੈ, ਠੀਕ ਹੈ। ਹਾਂ, ਕੱਲ੍ਹ ਪੋਸਟਮਾਰਟਮ ਕਰਾਇਆ ਜਾਊਗਾ ਜੀ।